ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਭ ਸੰਗਤ ਜੀ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਤੁਹਾਨੂੰ ਕੋਈ ਬਹੁਤ ਦੱਸਣ ਦੀ ਲੋੜ ਨਹੀਂ ਕਿ ਪੂਰੇ ਵਿਸ਼ਵ ਦੇ ਵਿੱਚ ਸੰਸਾਰ ਭਰ ਦੇ ਵਿੱਚ ਜੋ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੈ ਉਸ ਦੇ ਸਬੰਧ ਵਿੱਚ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਸੂਚਨਾਵਾਂ ਸੰਗਤਾਂ ਤੱਕ ਲੋਕਾਂ ਤੱਕ ਪਹੁੰਚ ਰਹੀਆਂ ਨੇ ਉਸੇ ਦੇ ਤਹਿਤ ਵੀ ਵਿਰਸਾ ਸੰਭਾਲ ਗ੍ਰੰਥ ਪ੍ਰਚਾਰ ਸੁਸਾਇਟੀ ਵੱਲੋਂ ਪਰਸੋਂ ਰੋਜ਼ ਤੋਂ ਲੈ ਕੇ ਲਗਾਤਾਰ ਜੋ ਬਣਦੀ ਜੋਗ ਸੇਵਾ ਉਹ ਨਿਰੰਤਰ ਚੱਲ ਰਹੀ ਹੈ ਭਾਵੇਂ ਉਹ ਦਵਾਈ ਦਾ ਛੜਕਾਓ ਹੋਵੇ ਜਾਂ ਗਲਵਜ਼ ਵਗੈਰਾ ਜਾਂ ਮਾਸਕਸ ਵਗੈਰਾ ਮਾਸਕ ਵਗੈਰਾ ਉਹ ਸੰਗਤਾਂ ਦੇ ਵਿੱਚ ਫ੍ਰੀ ਬਣਨੇ ਉਹ ਸਾਰੀ ਸੇਵਾ ਨਿਰੰਤਰ ਚੱਲ ਰਹੀ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਾਂਝੀਆਂ ਥਾਵਾਂ ਤੇ ਜਾਂ ਧਾਰਮਿਕ ਜਿੰਨੀਆਂ ਵੀ ਥਾਵਾਂ ਬਣੀਆਂ ਹੋਈਆਂ ਆਸਾਨ ਬਣੇ ਹੋਏ ਗੁਰਦੁਆਰਾ ਸਾਹਿਬ ਮੰਦਰ ਜਾਂ ਮਸਜਿਦ ਜਿੰਨਾਂ ਥਾਵਾਂ ਤੇ ਸੰਗਤ ਜਾਂਦੀ ਹੈ ਆਮ ਲੋਕ ਨਮਸਕਾਰ ਕਰਨ ਜਾਂਦੇ ਆ ਉਹਨਾਂ ਥਾਵਾਂ ਤੇ ਜਿਹੜਾ ਦਵਾਈ ਦਾ ਛੜਕਾਓ ਹੈ ਉਹ ਅੱਜ ਸਵੇਰ ਤੋਂ ਹੀ ਚੱਲ ਰਿਹਾ ਖਾਸ ਕਰਕੇ ਹਲਕਾ ਜੋਗੇ ਦੇ ਪਿੰਡਾਂ ਦੇ ਵਿੱਚ ਤੇ ਅੱਜ ਅਸੀਂ ਹੁਣ ਇਸ ਸਮੇਂ ਪਿੰਡ ਮੂਲਾ ਸਿੰਘ ਵਾਲਾ ਨਗਰ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹੁਣ ਗੁਰਦੁਦਾਰਾ ਸਾਹਿਬ ਦੇ ਵਿੱਚ ਸਾਰਾ ਛੜਕਾਓ ਕੀਤਾ ਗਿਆ ਹੈ ਇਸ ਸਮੇਂ ਸਾਡੇ ਨਾਲ ਸਰਪੰਚ ਸਾਹਿਬ ਵੀ ਇੱਥੋਂ ਦੇ ਹਾਜ਼ਰ ਨੇ ਤੇ ਨਾਲ ਨਾਲ ਭਾਈ ਅੰਗਰੇਜ਼ ਸਿੰਘ ਜੀ ਐਡਵੋਕੇਟ ਉਹ ਵੀ ਸਾਡੇ ਨਾਲ ਹਾਜ਼ਰ ਨੇ ਜੋ ਜ਼ਿਲ੍ਹਾ ਐਸੋਸੀਏਸ਼ਨ ਮਾਨਸਾ ਦੇ ਮੀਤ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਹਾਜ਼ਰ ਨੇ ਦੋ ਸ਼ਬਦ ਚੰਨ ਸ਼ਬਦ ਉਹਨਾਂ ਤੋਂ ਵੀ ਅਸੀਂ ਸੁਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਸੇਵਾ ਇਹ ਹਰੇਕ ਨਹੀਂ ਕਰ ਸਕਦੇ ਬਹੁਤ ਭਾਈ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ ਭਾਈ ਹਰਜਿੰਦਰ ਸਿੰਘ ਜੀ ਹੈਗੇ ਨੇ ਉਹ ਵਕ ਵਕ ਜਦੋਂ ਵੀ ਕਿਤੇ ਲੋੜ ਪੈਂਦੀ ਆ ਹਮੇਸ਼ਾ ਸਾਥ ਦਿੰਦੇ ਨੇ ਸਾਡਾ ਅੱਜ ਪਿੰਡ ਦੇ ਵਿੱਚ ਆਏ ਨੇ ਅੱਜ ਸਾਡੇ ਨਾਲ ਸਾਡੇ ਪਿੰਡ ਦੇ ਸਰਪੰਚ ਸਰਦਾਰ ਰਤਨਬੀਰ ਸਿੰਘ ਜੀ ਚੈਲ ਜਿਨ੍ਹਾਂ ਦੀ ਪਿੰਡ ਦੀ ਦੇਖਰੇਖ ਦੇ ਵਿੱਚ ਜਿੱਥੇ ਕਿਤੇ ਸੰਜੀਆਂ ਥਾਮਾਂ ਨੇ ਉੱਥੇ ਦਵਾਈ ਦਾ ਜਿਹੜਾ ਛੜਕਾਅ ਸੀ ਕਰ ਰਹੇ ਆ ਕਿਉਂਕਿ ਲੋੜ ਹੈ ਅੱਜ ਆਪਾਂ ਨੂੰ ਇੱਕ ਦੂਜੇ ਤੋਂ ਦੂਰ ਰਹਿਣ ਦੀ ਤੇ ਦਵਾਈ ਦਾ ਛੜਕਾਅ ਕਰੀਏ ਭਾਵੇਂ ਕਿ ਸਾਡੇ ਪਿੰਡ ਦੇ ਵਿੱਚ ਕੋਈ ਕਰੋਨਾ ਦਾ ਮਰੀਜ਼ ਨਹੀਂ ਹੈਗਾ ਤੇ ਸਾਡੇ ਪਿੰਡ ਦੇ ਵਿੱਚ ਬਧੀਆ ਆਮਨ ਚੈਨ ਹੈ ਸ਼ਾਂਤੀ ਦੇ ਨਾਲ ਲੋਕ ਰਹਿ ਰਹੇ ਨੇ ਤੇ ਜੋ ਵੀ ਸਰਕਾਰ ਦਾ ਹੁਕਮ ਹੈ ਪ੍ਰਸ਼ਾਸਨ ਦਾ ਹੁਕਮ ਆ ਸੀ ਉਹ ਮੰਨ ਰਹੇ ਆ ਸਾਰੇ ਤੇ ਅੱਜ ਅਸੀਂ ਪਿੰਡ ਦੇ ਵਿੱਚ ਛੜਕਾ ਆ ਜਿਹੜਾ ਜਿੱਥੇ ਸਾਂਝੀਆਂ ਥਾਵਾਂ ਤੇ ਆ ਉੱਥੇ ਇੱਕ ਦੋ ਬੰਦੇ ਜਾ ਕੇ ਉਹਦਾ ਛੜਕਾ ਕਰਨਗੇ ਤਾਂ ਕਿ ਕਰੋਨਾ ਵਰਗੀ ਜਿਹੜੀ ਵਾਇਰਸ ਆ ਇਹ ਇਹਨੂੰ ਭਿਆਨਕ ਬਿਮਾਰੀ ਨੂੰ ਰੁਕਿਆ ਜਾ ਸਕੇ ਤਾਂ ਸਾਡੇ ਪਿੰਡ ਦਾ ਜਿਹੜਾ ਬਹੁਤ ਵਧੀਆ ਸਹਿਯੋਗ ਹੈ ਸਾਡੇ ਸਰਪੰਚ ਸਾਹਿਬ ਸਰਦਾਰ ਰਤਨਬੀਰ ਸਿੰਘ ਜੀ ਚਹਿਲ ਜੋ ਕਿ ਸਾਡਾ ਪੂਰਾ ਹੀ ਸਹਿਯੋਗ ਦੇ ਰਹੇ ਨੇ ਤੇ ਤਾਂ ਕਿ ਵੀ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਿਹੜੀ ਨਾ ਆਵੇ ਤੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਆ ਜਿਹੜਾ ਉਹ ਕੀਤਾ ਜਾ ਸਕੇ। ਇਹੀ ਸਾਰਿਆਂ ਨੂੰ ਅਸੀਂ ਵੀ ਅਰਜ਼ ਕਰਦੇ ਆਂ ਵੀ ਆਪਕੋ ਆਪਣੇ ਘਰਾਂ ਦੇ ਵਿੱਚ ਆਪਾਂ ਸੁਰੱਖਿਤ ਰਹੀਏ ਤੇ ਕੋਸ਼ਿਸ਼ ਕਰੀਏ ਵੀ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੀਏ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਕੰਮ ਕਰ ਰਹੀਆਂ ਨੇ, ਪ੍ਰਸ਼ਾਸਨ ਕੰਮ ਕਰ ਰਿਹਾ ਹੈ, ਡਾਕਟਰ ਸਾਹਿਬਾਨ ਕੰਮ ਕਰ ਰਹੇ ਨੇ। ਤੇ ਸਾਡਾ ਜਿਹੜਾ ਪ੍ਰਸ਼ਾਸਨ ਹੈ ਜ਼ਿਲ੍ਹੇ ਦੇ ਵਿੱਚ ਹੀ ਲਗਭਗ ਸਾਰੇ ਯਮਨਾ ਚੈਨਾ ਤੇ ਅਸੀਂ ਕੋਸ਼ਿਸ਼ ਕਰੀਏ ਵੀ ਕਰੋਨਾ ਵਰਗੀ ਬਿਮਾਰੀ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਹੈ ਜਿਹੜਾ ਉਹ ਜ਼ਰੂਰ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ